ਸਤਿ ਸ਼੍ਰੀ ਅਕਾਲ ਜੀ, ਮੈਂ ਲਵਪ੍ਰੀਤ ਕੌਰ ਹਾਜ਼ਰਾਂ ਜੀ। ਸੰਦੀਪ ਦਿਓੜਾ ਦੁਆਰਾ ਲਿਖੀ ਕਹਾਣੀ ਪੁੱਛਾਂ ਵਾਲਾ ਬਾਬਾ ਦਾ ਭਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ, ਅਤੇ ਜੇਕਰ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਅੱਜ ਕਰਮਾ ਕੋਈ ਜ਼ਿਆਦਾ ਹੀ ਖੁਸ਼ ਸੀ। ਉਸਨੇ ਬਾਰੀ ਖੋਲ੍ਹੀ ਅਤੇ ਦਾਰੂ ਦੀ ਬੋਤਲ ਮੇਜ਼ ਉੱਤੇ ਟਿਕਾ ਦਿੱਤੀ, ਪਰ ਫਿਰ ਪਤਾ ਨਹੀਂ ਮਨ ਵਿੱਚ ਕੀ ਆਉਂਦੀ ਆ ਅਤੇ ਬੰਦ ਬੋਤਲ ਚੁੱਕ ਕੇ ਅਲਮਾਰੀ ਵਿੱਚ ਹੀ ਰੱਖ ਦਿੰਦਾ ਹੈ। ਕਰਮਿਆ ਹੁਣ ਕਦੋਂ ਤੱਕ ਇਕੱਲਾ ਹੀ ਤੜਫਦਾ ਰਹੇਗਾ? ਅਤਨ ਦੌਲਤ ਕੋਠੀ ਕਿਸ ਕੰਮ ਦੀ ਹੈ ਜੇ ਕੋਈ ਸੰਭਾਲਣ ਵਾਲੀ ਹੈ ਹੀ ਨਹੀਂ? ਤਾਂ ਬਾਹਰੋਂ ਨੌਕਰ ਆਉਂਦਾ ਹੈ। ਬਾਬਾ ਜੀ, ਖਾਣਾ ਲਿਆਵਾਂ ਜੀ? ਨਹੀਂ ਬਹਾਦਰ, ਤੂੰ ਖਾ ਲਾ, ਮੈਂ ਨਹੀਂ ਖਾਣਾ। ਤਬੀਅਤ ਤਾਂ ਠੀਕ ਆ ਬਾਬਾ ਜੀ? ਬਿਲਕੁਲ ਬਿਲਕੁਲ, ਚੰਗਾ ਭਲਾ ਆ। ਕਰਮਾ ਹੁਣ ਪਹਿਲਾਂ ਵਾਲਾ ਕਰਮਾ ਨਹੀਂ ਲੱਗ ਰਿਹਾ ਸੀ। ਸੋਚਦੇ ਹਾਂ ਕਦੋਂ ਉਸਦੀ ਕੁਰਸੀ ਉੱਤੇ ਬੈਠੀ ਦੀ ਹੀ ਅੱਖ ਲੱਗ ਗਈ, ਸ਼ਾਇਦ ਉਸਨੂੰ ਵੀ ਪਤਾ ਨਹੀਂ ਲੱਗਿਆ ਹੋਣਾ। ਅਗਲੇ ਦਿਨ ਜਦੋਂ ਰਘੂ ਅਮਲੀ ਆਉਂਦਾ ਹੈ ਤਾਂ ਉਹ ਰਘੂ ਨਾਲ ਗੱਲ ਕਰਦਾ ਹੈ। ਰਘੂ, ਤੇਰੇ ਨਾਲ ਇੱਕ ਗੱਲ ਕਰਨੀ ਆ। ਦੱਸੋ ਬਾਬਾ ਜੀ, ਕੀ ਗੱਲ ਕਰ ਰਹੀ ਆ? ਉਂਝ ਅੱਖਾਂ ਦੇਖ ਕੇ ਤਾਂ ਲੱਗਦਾ ਹੈ ਬਾਬਾ ਜੀ ਮੈਂ ਸਾਰੀ ਰਾਤ ਸੁੱਤਾ ਹੀ ਨਹੀਂ ਹੁੰਦਾ। ਹਾਂ, ਇਸੇ ਬਾਰੇ ਹੀ ਤਾਂ ਗੱਲ ਕਰਨੀ ਆ, ਤੇ ਇੱਕ ਸਲਾਹ ਚਾਹੀਦੀ ਆ। ਬਾਬਾ, ਲੋਕ ਤਾਂ ਤੇਰੇ ਕੋਲ ਸਲਾਹਾਂ ਲੈਣ ਆਉਂਦੇ ਆ ਤੇ ਤੂੰ ਮੇਰੇ ਕੋਲ ਸਲਾਹ ਮੰਗਦਾ ਹੈ? ਇਸ ਦਾ ਮਤਲਬ ਕੋਈ ਵੱਡੀ ਹੀ ਗੱਲ ਆ, ਤੂੰ ਇੰਝ ਹੀ ਸਮਝ ਲਿਆ? ਬਾਬਾ, ਗੱਲ ਤਾਂ ਦੱਸ ਆਖਿਰ ਹੈ ਕੀ? ਰਘੂ, ਮੈਂ ਇਕੱਲਾ ਰਹਿ ਰਹਿ ਕੇ ਥੱਕ ਗਿਆ ਹਾਂ। ਆ ਗੱਲ ਆ, ਛੱਡ ਬਾਬਾ, ਜੇ ਇਕੱਲੇ ਦਾ ਜੀ ਨਹੀਂ ਲੱਗਦਾ ਤਾਂ ਮੈਂ ਆਪਣਾ ਆਮੜੀਆਂ ਦਾ ਟੋਲਾ ਲੈ ਕੇ ਤੇਰੀ ਕੋਠੀ ਰਹਿਣ ਆ ਜਾਂਦਾ ਆ। ਤੂੰ ਮੇਰੀ ਗੱਲ ਸਮਝਿਆ ਨਹੀਂ ਲੱਗਦਾ। ਬਾਬਾ, ਇਸ ਸਮੇਂ ਤਾਂ ਸਾਨੂੰ ਆਪਣੀ ਸਮਝ ਨਹੀਂ ਹੁੰਦੀ, ਤੇਰੀ ਕੀ ਗੱਲ ਸਮਝਾਉਣੀ ਆ? ਮੈਂ ਚੱਲਦਾ ਆ, ਥੋੜੀ ਨਾਗਣੀ ਖਾਂਦਾ ਆ, ਫਿਰ ਕਿਤੇ ਜਾ ਕੇ ਤੇਰੀ ਗੱਲ ਸਮਝ ਆਊ ਮੈਨੂੰ। ਉਹ ਚਲਾ ਜਾਂਦਾ ਹੈ। ਕਰਮੇ ਦੀ ਕੋਠੀ ਇੱਕ ਆ ਗਿਆ, ਦੋ ਚਲੇ ਗਏ, ਤੇ ਕਦੋਂ ਦੋ ਆ ਗਏ, ਪਹਿਲਾਂ ਚਲੇ ਗਏ। ਸਾਰਾ ਦਿਨ ਹੀ ਆਉਣਾ ਜਾਣਾ ਲੱਗਾ ਰਹਿੰਦਾ ਸੀ, ਪਰ ਕਰਮਾ ਭੀੜ ਵਿੱਚ ਵੀ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰ ਰਿਹਾ ਸੀ। ਇੱਕ ਦਿਨ ਤਾਂ ਕਰਮੇ ਨੇ ਜਮ੍ਹਾਂ ਹੀ ਸਿਰਾ ਕਰਵਾ ਦਿੱਤਾ। ਸੰਗਤ ਵਿੱਚ ਇੱਕ ਜੋੜਾ ਦਿੱਲੀ ਤੋਂ ਆਇਆ ਸੀ ਦਰਸ਼ਨਾਂ ਲਈ। ਬਾਬਾ ਜੀ, ਅਸੀਂ ਦਿੱਲੀ ਤੋਂ ਆਏ ਹਾਂ। ਬੋਲੋ ਬੱਚਾ, ਦੁੱਖ ਬੋਲੋ। ਬਾਬਾ ਜੀ, 10 ਸਾਲ ਹੋ ਗਏ ਵਿਆਹ ਨੂੰ, ਪਰ ਪਰਮਾਤਮਾ ਨੇ ਮਿਹਰ ਨਹੀਂ ਕੀਤੀ। ਕਰਮ ਅੱਖਾਂ ਬੰਦ ਕਰਦਾ ਹੈ ਤੇ ਕਹਿ ਦਿੰਦਾ ਹੈ, ਬੱਚਾ, ਅਗਲੇ ਵੀਰਵਾਰ ਮੂੰਹ ਨਿਰਿਆਓ ਤੇ ਪਿਛਲੇ ਦਰਖਤ ਤੋਂ ਫਲ ਤੋੜ ਕੇ ਲੈ ਜਾਣਾ, ਬੀਬੀ ਨੂੰ ਖਵਾ ਦੇਣਾ, ਬਸ ਰੱਬ ਕਿਰਪਾ ਕਰ ਦੇਵੇਗਾ। ਸਾਰੇ ਕਰਮੇ ਬਾਬੇ ਦੀ ਗੱਲ ਸੁਣ ਕੇ ਹੈਰਾਨ ਸਨ ਕਿ ਪਿੱਛੇ ਕਿੱਕਰ ਦਾ ਦਰਖਤ ਆ ਤੇ ਕਿੱਕਰ ਨੂੰ ਕਿਹੜੇ ਫਲ ਲੱਗਦੇ ਹਨ। ਠੀਕ ਆ ਬਾਬਾ ਜੀ, ਬਿਲਕੁਲ ਠੀਕ ਆ, ਅਸੀਂ ਇੱਕ ਦਿਨ ਪਹਿਲਾਂ ਹੀ ਆ ਜਾਵਾਂਗੇ, ਰੱਬ ਭਲੀ ਕਰੇਗਾ। ਆਰਾਮ ਦੇ ਸਮੇਂ ਰਘੂ ਕਰਮੇ ਕੋਲ ਆ ਜਾਂਦਾ ਹੈ। ਬਾਬਾ, ਆ ਕੀ ਪੰਗਾ ਪਾ ਲਿਆ, ਕੀ ਹੋ ਗਿਆ ਅਮਲੀਆ? ਭੋਲਾ ਤਾਂ ਇੰਝ ਬਣੀ ਜਾਂਦਾ ਜਿਵੇਂ ਤੈਨੂੰ ਕੁਛ ਪਤਾ ਨਹੀਂ। ਮੈਨੂੰ ਦੱਸ, ਕਿੱਕਰ ਨੂੰ ਕਿਹੜੇ ਫਲ ਲੱਗਦੇ ਹਨ? ਮੈਂ ਕਦੋਂ ਕਹਿਣਾ ਵੀ ਕਿੱਕਰ ਨੂੰ ਫਲ ਲੱਗਦੇ ਹਨ? ਮੈਨੂੰ ਕਿਹੜਾ ਪਤਾ ਨਹੀਂ? ਜੇ ਪਤਾ ਹੈ ਤਾਂ ਦਿੱਲੀ ਵਾਲਿਆਂ ਨੂੰ ਕਿਉਂ ਕਹਿ ਦਿੱਤਾ ਇਸ਼ਾਰਾ ਕਰਕੇ? ਆ ਤਾਂ ਰਘੂ ਯਾਰ, ਗਲਤੀ ਹੋ ਗਈ। ਗਲਤੀ? ਕਿਹਾ ਤਾਂ ਕਿਹਾ, ਬਹੁਤ ਵੱਡੀ ਗਲਤੀ। ਹੁਣ ਮੈਨੂੰ ਇਹ ਦੱਸ ਕਿ ਅਗਲੇ ਹਫ਼ਤੇ ਕਰਾਂਗੇ ਕੀ? ਕੋਈ ਨਾ, ਮੈਂ ਕੁਛ ਨਾ ਕੁਛ ਸੋਚਦਾ ਹਾਂ। ਵੀਰਵਾਰ ਵਾਲੇ ਦਿਨ ਦਿੱਲੀ ਵਾਲੀ ਪਾਰਟੀ ਸਵੇਰੇ ਮੂੰਹ ਹਨੇਰੇ ਹੀ ਪਹੁੰਚ ਜਾਂਦੀ ਆ। ਕਰਮਾ ਉਹਨਾਂ ਤੋਂ ਵੀ ਪਹਿਲਾਂ ਆਪਣਾ ਆਸਣ ਲਗਾਈ ਬੈਠਾ ਹੁੰਦਾ ਹੈ। ਜਿਵੇਂ ਜਿਵੇਂ ਦਿਨ ਚੜ੍ਹ ਰਿਹਾ ਹੁੰਦਾ ਉਵੇਂ ਉਵੇਂ ਹੋਰ ਲੋਕ ਵੀ ਆਉਣੇ ਸ਼ੁਰੂ ਹੋ ਜਾਂਦੇ ਹਨ। ਕਰਮਾ ਅੱਖਾਂ ਬੰਦ ਕਰਕੇ ਆਵਾਜ਼ ਦਿੰਦਾ ਹੈ, ਦਿੱਲੀ ਵਾਲਾ ਜੋੜਾ ਆ ਗਿਆ ਹੈ। ਹਾਂਜੀ ਬਾਬਾ ਜੀ, ਹਾਂਜੀ, ਹੁਕਮ ਕਰੋ। ਬੱਚਾ, ਜਾਓ ਤੇ ਪਿਛਲੇ ਦਰਖਤ ਤੋਂ ਫਲ ਉਤਾਰ ਲਵੋ। ਬਾਬਾ ਜੀ, ਪਿਛਲੇ ਦਰਖਤ ਤੋਂ? ਬਿਲਕੁਲ, ਪਿਛਲੇ ਦਰਖਤ ਉੱਤੇ 5 ਫਲ ਲੱਗੇ ਹਨ।
ਧਿਆਨ ਨਾਲ ਉਤਾਰ ਲਵੋ ਤੇ ਕੱਲ ਸਵੇਰੇ ਆਪਣੀ ਪਤਨੀ ਨੂੰ ਖਵਾ ਦੇਣਾ। ਰੱਬ ਭਲੀ ਕਰੇਗਾ ਜੀ। ਬਾਬਾ ਜੀ, ਉਹ ਜਲਦੀ ਨਾਲ ਕਿੱਕਰ ਦੇ ਦਰਖਤ ਉੱਤੇ ਚੜ ਜਾਂਦਾ ਹੈ। ਬੜੀ ਮਿਹਨਤ ਨਾਲ 5 ਫਲ ਤੋੜ ਲੈਂਦਾ ਹੈ। ਇਹ ਸਭ ਨੂੰ ਦੇਖ ਸਾਰੀ ਦੀ ਸਾਰੀ ਸੰਗਤ ਹੈਰਾਨ ਹੁੰਦੀ ਆ ਵੀ ਕਿੱਕਰ ਨੂੰ ਫਲ ਲੱਗੇ ਤਾਂ ਲੱਗੇ ਕਿਵੇਂ। ਰਿਉ ਤੇ ਉਸਦੇ ਬਾਕੀ ਸਾਥੀ ਬਾਬੇ ਦੀ ਜੈ ਜੈ ਬਾਬੇ ਦੀ ਕਰਨ ਲੱਗੇ। ਸਾਰੀ ਸੰਗਤ ਵੀ ਉਹਨਾਂ ਮਗਰ ਲੱਗੀ ਬਾਬੇ ਦੀ ਜੈ ਜੈ ਬਾਬੇ ਦੀ ਕਰਦੀ ਆ। ਉਸ ਦਿਨ ਪਹਿਲਾਂ ਨਾਲੋਂ 3 ਗੁਣਾ ਜ਼ਿਆਦਾ ਕਮਾਈ ਹੁੰਦੀ ਆ। ਹੋਰ ਤਾਂ ਹੋਰ, ਇੱਕ ਬੰਦਾ ਕਰਮੇ ਨੂੰ ਇੱਕ ਵੱਡੀ ਗੱਡੀ ਵੀ ਸ਼ੁਕਰਾਨੇ ਵਜੋਂ ਦੇ ਜਾਂਦਾ ਹੈ। ਪੋਲਾ ਰਘੂ ਨੂੰ ਹੌਲੀ ਹੌਲੀ ਪੁੱਛਦਾ ਹੈ, ਯਾਰ ਰਘੂ, ਇੱਕ ਗੱਲ ਸਮਝ ਨਹੀਂ ਆਈ ਕਿ ਬਾਬੇ ਨੇ ਕਿੱਕਰ ਨੂੰ ਫਲ ਕਿਵੇਂ ਲਾ ਦਿੱਤੀ। ਆਹੀ ਗੱਲ ਤਾਂ ਮੈਂ ਸੋਚੀ ਜਾਂਦਾ ਕਿ ਅਸੰਭਵ ਨੂੰ ਸੰਭਵ ਕਿਵੇਂ ਕਰ ਦਿੱਤਾ। ਮੈਨੂੰ ਤਾਂ ਇੰਜਣ ਲੱਗਣ ਲੱਗ ਪਿਆ ਹੈ ਕਿਤੇ ਸੱਚੀ ਤਾਂ ਨਹੀਂ ਬਾਬੇ ਕੋਲ ਰੱਬੀ ਤਾਕਤਾਂ ਆ ਗਈਆਂ। ਕਾਹਤੋਂ ਉਸ ਵੀਰ ਦੀ ਨਾਗਣੀ ਦਾ ਸਰੂਰ ਖਰਾਬ ਕਰੀ ਜਾਂਦਾ ਆ। ਰੱਬੀ ਤਾਕਤਾਂ ਨਾ ਕਿਤੇ ਕਿਤੇ ਹੋਰ ਕੁਛ ਆ ਗਿਆ ਬਾਬੇ ਕੋਲ। ਉਦੋਂ ਮੈਂ ਗੱਲਾਂ ਕਰੀ ਗਏ ਤੇ ਕਰਵਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਦਾ ਰਿਹਾ। ਸ਼ਾਮ ਵੇਲੇ ਸੰਗਤਾਂ ਦੇ ਜਾਣ ਦੇ ਬਾਅਦ ਰਘੂ ਜਾ ਕਰਮੀ ਦੀ ਪੈਰੀ ਹੱਥ ਲਾਉਂਦਾ ਹੈ। ਬਾਬਾ, ਮੈਂ ਤਾਂ ਸੋਚ ਵੀ ਨਹੀਂ ਸਕਦਾ ਸੀ ਕਿ ਤੂੰ ਆ ਜਾਦੂ ਵੀ ਕਰ ਲੈਂਦਾ ਆ, ਪਰ ਇਹ ਸਾਰਾ ਕੁਛ ਕੀਤਾ ਕਿਵੇਂ ਤੇ ਕਦੋਂ? ਅਮਲੀਆ, ਗੁਰੂ ਗੁਰੂ ਹੀ ਹੁੰਦਾ ਹੈ ਤੇ ਚੀਲਾ ਚੀਲਾ, ਪਰ ਦੱਸਦਾ ਸਹੀ ਬਾਬਾ ਕਿ ਇਹ ਸਭ ਕੁਛ ਕੀਤਾ ਤਾਂ ਕੀਤਾ ਕਿਵੇਂ? ਤਾਂ ਸੁਣ ਫਿਰ, ਮੈਂ ਆਪ ਰਾਤ ਨੂੰ ਪਿੰਡ ਵਾਲਿਆਂ ਦੀ ਅੱਖ ਬਚਾ ਕੇ ਇੱਥੇ ਕਿੱਕਰ ਦੇ ਉੱਤੇ ਚੜ ਕੇ 5 ਵੱਡੇ ਵੱਡੇ ਬੀਰ ਦੂਰ ਦੂਰ ਸੂਲਾਂ ਵਿੱਚ ਪਰੋ ਦਿੱਤੇ। ਹੋਰ ਤਾਂ ਹੋਰ, ਉਤਰਤੀ ਦਾ ਕੁੜਤਾ ਵੀ ਪਾੜ ਗਿਆ। ਮੰਨ ਗਏ ਬਾਬਾ, ਤੇਰਾ ਦਿਮਾਗ ਨੂੰ ਤਾਂ ਬਈ ਸੱਚੀ ਦਾ ਹੀ ਬਾਬਾ ਬਣ ਗਿਆ ਆ। ਨਾ ਤੈਨੂੰ ਅਜੇ ਵੀ ਕੋਈ ਸ਼ੱਕ ਆ ਮੇਰੇ ਉੱਤੇ? ਨਾ ਬਾਬਾ, ਨਾ ਕੋਈ ਸ਼ੱਕ ਨਹੀਂ। ਨਾਲੇ ਤੇਰੇ ਤੋਂ ਤਾਂ ਸਾਡਾ ਤੋਰੀ ਫੁਲਕਾ ਚੱਲਦਾ ਆ, ਤੇਰੇ ਉੱਤੇ ਸ਼ੱਕ ਕਰਕੇ ਭੁੱਖੇ ਤਾਂ ਨਹੀਂ ਮਰਨਾ? ਅਮਲੀਆ, ਸਿਆਣਾ ਹੋ ਗਿਆ ਬਾਬਾ, ਤੇਰੀ ਸੰਗਤ ਵਿੱਚ ਰਹੀਦਾ ਸਿਆਣੇ ਤਾਂ ਹੋਣਾ ਹੀ ਹੋਇਆ। ਨਾਲੇ ਬਾਬਾ, ਤੇਰੇ ਨਾਲ ਇੱਕ ਗੱਲ ਹੋਰ ਕਰਨੀ ਸੀ। ਬੋਲ, ਕੀ ਗੱਲ ਆ? ਪਾਪਾ, ਮੈਂ ਸੋਚਦਾ ਹਾਂ ਕਿਉਂ ਨਾ ਇੱਕ ਡੇਰਾ ਕਿਤੇ ਹੋਰ ਵੀ ਚਲਾ ਲਈਏ। ਸੋਚ ਰਿਹਾ ਤਾਂ ਮੈਂ ਵੀ ਇਹੀ ਪਿਆ ਹਾਂ, ਪਰ ਬਾਬਾ ਕੀ? ਇੱਕ ਚੇਲਾ ਗਾਜ਼ੀਆਬਾਦ ਤੋਂ ਆ ਤੇ ਉਹ ਵੀ ਇਹੀ ਕਹਿੰਦਾ ਹੈ ਕਿ ਬਾਬਾ ਜੀ ਇੱਥੇ ਸਾਡੇ ਕੋਲ ਆ। ਉੱਥੇ ਉਸਨੇ ਆਪਣੀ ਕਿਰਪਾ ਕਰਕੇ ਕਲੋਨੀ ਕੱਟੀ ਆ ਤੇ ਕਰੋੜਾਂ ਰੁਪਏ ਕਮਾਏ ਹਨ। ਉਹ ਮੇਰੀ ਮੂਰਤੀ ਬਣਾਉਣਾ ਚਾਹੁੰਦਾ ਆ। ਕਿਆ ਬਾਤ ਹੈ ਬਾਬਾ, ਤੂੰ ਪਹਿਲਾਂ ਕਿਉਂ ਨਹੀਂ ਦੱਸਿਆ? ਚੱਲ ਫਿਰ ਗਾਜ਼ੀਆਬਾਦ ਆਉਂਦੇ ਆ। ਨਹੀਂ, ਉਹ ਕੰਮ ਲਿਆ ਜੀ, ਪਹਿਲੇ ਬੋਲ ਹੀ ਚਲੇ ਗਏ ਤਾਂ ਆਪਣੀ ਟੌਰ ਨਹੀਂ ਬਣੇਗੀ। ਥੋੜੀਆਂ ਮਿਹਨਤਾਂ ਕਰਨ ਦੇ, ਫਿਰ ਜਾ ਵੀ ਆਵਾਂਗੇ। ਦੇਖ ਲਾ ਬਾਬਾ, ਕਿਤੇ ਮੁੱਕਰ ਹੀ ਨਾ ਜਾਵੇ ਤੇਰੀਆਂ ਇਹਨਾਂ ਗੱਲਾਂ ਕਰਕੇ ਹੀ ਤੂੰ। ਚੱਲ ਛੱਡ ਯਾਰ। ਅਗਲੇ ਦਿਨ ਸਵੇਰੇ ਹੀ ਗਾਜ਼ੀਆਬਾਦ ਤੋਂ ਕਰਮੀ ਨੂੰ ਫੋਨ ਆਉਂਦਾ ਹੈ। ਉਹ ਉਸੇ ਕਲੋਨੀ ਵਾਲੇ ਸੀਟ ਚੌਧਰੀ ਹਰੀ ਸਿੰਘ ਦਾ ਹੀ ਹੁੰਦਾ ਹੈ। ਬਾਬਾ ਜੀ, ਮੱਥਾ ਟੇਕਦਾ ਆ, ਰੱਬ ਭਲੀ ਕਰੇ। ਹਾਂ ਵੀ ਚੌਧਰੀ, ਸਭ ਠੀਕ ਠਾਕ ਆ? ਬਾਬਾ ਜੀ, ਤੁਹਾਡੀ ਕਿਰਪਾ, ਸਭ ਠੀਕ ਆ। ਮੇਰਾ ਤਾਂ ਨਾ ਹੀ ਆ, ਕਿਰਪਾ ਤਾਂ ਉਸੇ ਰੱਬ ਦੀ ਆ। ਤੁਸੀਂ ਕੁਛ ਵੀ ਕਹੋ ਸਾਡੇ ਵਾਸਤੇ ਤਾਂ ਬਾਬਾ ਜੀ ਤੁਸੀਂ ਹੀ ਰੱਬ ਹੋ, ਉਹ ਤਾਂ ਤੁਹਾਡਾ ਪਿਆਰ ਆ। ਬਾਬਾ ਜੀ, ਸ਼ਨੀਵਾਰ ਮੈਂ ਤੁਹਾਨੂੰ ਲੈਣ ਆ ਰਿਹਾ ਹਾਂ। ਕਿਵੇਂ ਬੱਚਾ, ਸਭ ਠੀਕ ਠਾਕ ਤਾਂ ਹੈ? ਉਹ ਸਭ ਤਾਂ ਤੁਹਾਡਾ ਆਸ਼ੀਰਵਾਦ ਹੈ। ਆਪਾਂ ਤੁਹਾਡੀ ਕਿਰਪਾ ਨਾਲ ਜਿਹੜੀ ਕਲੋਨੀ ਤਿਆਰ ਕੀਤੀ ਸੀ ਉਹ ਬਣ ਚੁੱਕੀ ਆ। ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਸ ਕੰਮ ਹੋਰ ਤੁਸੀਂ ਆਪ ਕਰੋਗੇ। ਐਤਵਾਰ ਦਾ ਦਿਨ ਸਾਰਿਆਂ ਨੂੰ ਸੱਦਾ ਦੇਵਾਂਗਾ ਜੇ ਤੁਸੀਂ ਹਾਂ ਕਰੋਗੇ ਤਾਂ। ਬੱਚਾ, ਮੈਂ ਕੀ ਕਰਾਂਗਾ, ਤੁਸੀਂ ਐਤਵਾਰ ਹੀ ਕਰ ਲਵੋ, ਬਹੁਤ ਭਾਗਾਂ ਵਾਲਾ ਦਿਨ ਆ। ਪਰ ਤੁਹਾਡੇ ਬਿਨਾਂ ਅਸੀਂ ਕੁਛ ਨਹੀਂ ਕਰਨਾ, ਬਸ ਮੈਂ ਤੁਹਾਨੂੰ ਸ਼ਨੀਵਾਰ ਨੂੰ ਲੈਣ ਆ ਰਿਹਾ ਹਾਂ। ਬੱਚਾ, ਜਿੱਦ ਨਹੀਂ ਕਰਦੇ, ਮੈਂ ਕੀ ਕਰਾਂਗਾ, ਮੇਰਾ ਆਸ਼ੀਰਵਾਦ ਤੁਹਾਡੇ ਨਾਲ ਹੀ ਆ। ਬਾਬਾ ਜੀ, ਮੈਂ ਕੁਛ ਨਹੀਂ ਸੁਣਨਾ, ਮੈਂ ਆ ਰਿਹਾ ਹਾਂ, ਬਸ ਤੁਸੀਂ ਤਿਆਰ ਰਹਿਣਾ।
ਚਲੋ ਚੌਧਰੀ ਸਾਹਿਬ, ਜਿਵੇਂ ਤੁਹਾਡੀ ਇੱਛਾ ਹੈ। ਚੌਧਰੀ ਹਰੀ ਸਿੰਘ ਸ਼ਨੀਵਾਰ ਕਰਮੀ ਕੋਲ ਪਹੁੰਚ ਜਾਂਦਾ ਹੈ ਤੇ ਨਾਲ ਲੈ ਉਸੇ ਹੀ ਦਿਨ ਵਾਪਸ ਗਾਜ਼ੀਆਬਾਦ ਆ ਜਾਂਦਾ ਹੈ। ਹਾਂ ਬਈ ਚੌਧਰੀ ਸਾਹਿਬ, ਹੋ ਗਈ ਸਾਰੀ ਤਿਆਰੀ? ਬਾਬਾ ਜੀ, ਤੁਹਾਡੀ ਹੀ ਕਮੀ ਸੀ, ਉਹ ਵੀ ਹੋ ਗਈ ਪੂਰੀ। ਦਿਓ ਆਸ਼ੀਰਵਾਦ, ਉਹ ਤਾਂ ਸਦਾ ਹੀ ਤੇਰੇ ਨਾਲ ਹੈ। ਚੌਧਰੀ ਪਰਿਵਾਰ ਨੇ ਕਰਮੇ ਦੇ ਰਹਿਣ ਦਾ ਸਾਰਾ ਇੰਤਜ਼ਾਮ ਆਪਣੇ ਘਰੇ ਹੀ ਕੀਤਾ। ਦੋਵਾਂ ਪਤੀ ਪਤਨੀ ਨੇ ਘਰੇ ਨੌਕਰ ਹੋਣ ਦੇ ਬਾਵਜੂਦ ਵੀ ਕਰਮੇ ਦੀ ਸੇਵਾ ਆਪ ਕੀਤੀ। ਅਗਲੇ ਦਿਨ ਉਹ ਕਰਮੇ ਨੂੰ ਨਾਲ ਲੈ ਕੇ ਨਵੀਂ ਕੱਟੀ ਕਲੋਨੀ ਵਿੱਚ ਆ ਜਾਂਦਾ ਹੈ। ਉੱਥੇ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਸਾਰੇ ਉੱਥੇ ਸਨ। ਚੌਧਰੀ ਸਾਹਿਬ ਨੇ ਕਰਮੇ ਨੂੰ ਸਾਰਿਆਂ ਨਾਲ ਮਿਲਾਇਆ। ਮੰਤਰੀ ਸਾਹਿਬ ਇਹ ਮੇਰੇ ਗੁਰੂ ਜੀ ਹਨ, ਇਹ ਸਭ ਕੁਝ ਇਹਨਾਂ ਦੀ ਹੀ ਕਿਰਪਾ ਆ। ਮੰਤਰੀ ਵੀ ਕਰਮੇ ਦੇ ਪੈਰੀ ਹੱਥ ਲਗਾਉਂਦਾ ਹੈ। ਚੌਧਰੀ ਸਾਹਿਬ, ਕਦੇ ਸਾਡੀ ਹਵੇਲੀ ਵੀ ਚਰਨ ਪਵਾ ਦਿਓ ਜੀ ਬਾਬਾ ਜੀ ਦੇ, ਸਾਡੀ ਹਵੇਲੀ ਵੀ ਪਵਿੱਤਰ ਹੋ ਜਾਵੇਗੀ। ਜ਼ਰੂਰ ਜੀ ਮੰਤਰੀ ਸਾਹਿਬ, ਜ਼ਰੂਰ, ਕਿਉਂ ਨਹੀਂ। ਹੁਣ ਆਪਾਂ ਬਾਬਾ ਜੀ ਨੂੰ ਘੱਟੋ ਘੱਟ ਇੱਕ ਹਫ਼ਤਾ ਨਹੀਂ ਜਾਣ ਦੇਣਾ। ਚਲੋ ਗੱਲਾਂ ਤਾਂ ਹੁੰਦੀਆਂ ਹੀ ਰਹਿਣਗੀਆਂ, ਪਹਿਲਾਂ ਜਿਹੜੇ ਕੰਮ ਵਾਸਤੇ ਆਏ ਹਾਂ ਉਹ ਕਰੀਏ, ਮਹੂਰਤ ਦਾ ਸਮਾਂ ਨਿਕਲ ਰਿਹਾ ਆ। ਚਲੋ ਬਾਬਾ ਜੀ, ਚਲੋ ਫਿਰ ਆਪਣੇ ਹੱਥਾਂ ਨਾਲ ਹੀ ਕਰੋ ਮਹੂਰਤ ਜੀ। ਚਲੋ ਬੱਚਾ, ਫਿਰ ਲਵੋ ਰੱਬ ਦਾ ਨਾਂ। ਕਰਮਾ ਰਿਵਨ ਕਰਦਾ ਹੈ ਤੇ ਇੱਕ ਨਾਰੀਅਲ ਤੇ ਕੁਝ ਚਾਂਦੀ ਦੇ ਸਿੱਕੇ ਹਰੀ ਦੀ ਝੋਲੀ ਵਿੱਚ ਪਾਉਂਦਾ ਹੈ। ਰੱਬ ਇੰਝ ਹੀ ਤਰੱਕੀਆਂ ਬਖਸ਼ੇ। ਚੌਧਰੀ ਹਰੀ ਸਿੰਘ ਤੇ ਉਸਦੀ ਪਤਨੀ ਦੋਵੇਂ ਕਰਮੇ ਦੇ ਪੈਰੇ ਹੱਥ ਲਗਾਉਂਦੇ ਹਨ। ਬਾਬਾ ਜੀ ਮਾਫ਼ ਕਰਨਾ, ਪਰ ਅਸੀਂ ਤੁਹਾਨੂੰ ਕੁਝ ਦੇਣਾ ਚਾਹੁੰਦੇ ਹਾਂ। ਵੈਸੇ ਤਾਂ ਸਭ ਕੁਝ ਤੁਹਾਡਾ ਹੀ ਦਿੱਤਾ ਹੈ, ਪਰ ਚੌਧਰੀ ਸਾਹਿਬ ਮੈਂ ਕੁਝ ਨਹੀਂ ਲੈਣਾ ਤੇ ਦੇਣ ਵਾਲਾ ਤਾਂ ਉਹ ਰੱਬ ਹੀ ਆ। ਮੈਨੂੰ ਕਿਉਂ ਪਾਪਾਂ ਦੇ ਭਾਗੀ ਬਣਾਉਂਦੇ ਹੋ? ਬਾਬਾ ਜੀ ਆ ਲਵੋ ਕਾਗਜ਼, ਮੈਂ ਸਭ ਤੋਂ ਪਹਿਲਾਂ ਪਲਾਟ ਤੁਹਾਡੇ ਨਾਂ ਕਰ ਦਿੱਤਾ, ਪਰ ਦੇਵਾਂਗਾ 1 ਸਾਲ ਬਾਅਦ, ਕਿਉਂਕਿ ਇਸ ਨੂੰ ਤਿਆਰ ਹੋਣ ਵਿੱਚ ਇੰਨਾ ਸਮਾਂ ਤਾਂ ਲੱਗ ਹੀ ਜਾਵੇਗਾ। ਬੱਚਾ ਮੈਂ ਕੀ ਕਰਨਾ ਆ? ਬਾਬਾ ਜੀ ਜੇ ਤੁਸੀਂ ਕਬੂਲ ਨਾ ਕੀਤਾ ਤਾਂ ਮੈਂ ਪੂਰੀ ਕਲੋਨੀ ਦਾ ਕੰਮ ਇੱਥੇ ਹੀ ਬੰਦ ਕਰ ਦੇਣਾ ਆ। ਬਾਬਾ ਜੀ ਜੇਕਰ ਚੌਧਰੀ ਸਾਹਿਬ ਜਿੱਦ ਕਰ ਰਹੇ ਹਨ ਤਾਂ ਤੁਸੀਂ ਲੈ ਲਵੋ, ਉੱਥੇ ਆਏ ਮੰਤਰੀ ਸਾਹਿਬ ਨੇ ਕਿਹਾ। ਜੇ ਤੁਸੀਂ ਸਾਰੇ ਜਿੱਦ ਕਰ ਰਹੇ ਹੋ ਤਾਂ ਮੈਂ ਕੀ ਕਹਿ ਸਕਦਾ ਹਾਂ, ਜੋ ਸੰਗਤ ਦੀ ਇੱਛਾ ਉਹੀ ਮੇਰੀ। ਕਰਮੀ ਨੇ ਬੜੀ ਚਲਾਕੀ ਨਾਲ ਪਲਾਟ ਵੀ ਆਪਣੇ ਨਾਂ ਕਰਵਾ ਲਿਆ ਤੇ ਲੱਤ ਵੀ ਉੱਤੇ ਰੱਖੀ। ਉੱਥੇ ਸਾਰੇ ਹੀ ਆਏ ਮਹਿਮਾਨ ਕਰਮੀ ਦੇ ਇਸ ਰਵੱਈਏ ਤੋਂ ਬਹੁਤ ਪ੍ਰਭਾਵਿਤ ਹੋਏ। ਯਾਰ ਬਾਬਾ ਹੋਵੇ ਤਾਂ ਇਹੋ ਜਿਹਾ, ਇੱਕ ਮਹਿਮਾਨ ਬੋਲਿਆ। ਬਿਲਕੁਲ ਬਿਲਕੁਲ, ਅੱਜ ਦੇ ਜ਼ਮਾਨੇ ਵਿੱਚ ਵੀ ਇਹੋ ਜਿਹੇ ਬੰਦੇ ਹਨ, ਦੂਜਾ ਮਹਿਮਾਨ ਬੋਲਿਆ। ਇਹਨਾਂ ਮਹਾਂਪੁਰਸ਼ਾਂ ਕਰਕੇ ਤਾਂ ਦੁਨੀਆ ਖੜੀ ਆ। ਹੋਰ ਵੀ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸਨ ਕਰਮੇ ਬਾਬੇ ਬਾਰੇ। ਅੱਜ ਤਾਂ ਲੋਕਾਂ ਨੇ ਵੀ ਕਰਮੇ ਨੂੰ ਰੱਬ ਦੇ ਬਰਾਬਰ ਦਾ ਦਰਜਾ ਹੀ ਦੇ ਦਿੱਤਾ ਸੀ। ਕਰਮਾ 2 ਦਿਨ ਹੋਰ ਚੌਧਰੀ ਹਰੀ ਸਿੰਘ ਦੇ ਘਰ ਹੀ ਰਹਿੰਦਾ ਹੈ। ਬਾਬਾ ਜੀ ਤੁਹਾਨੂੰ ਭੇਜਣ ਨੂੰ ਦਿਲ ਤਾਂ ਨਹੀਂ ਕਰਦਾ? ਜਾਣ ਨੂੰ ਤਾਂ ਮੇਰਾ ਵੀ ਦਿਲ ਨਹੀਂ ਹੈ, ਪਰ ਚੌਧਰੀ ਸਾਹਿਬ ਉੱਤੇ ਸੰਗਤਾਂ ਮੇਰਾ ਇੰਤਜ਼ਾਰ ਕਰ ਰਹੀਆਂ ਹੋਣਗੀਆਂ। ਠੀਕ ਆ ਬਾਬਾ ਜੀ, ਜਿਵੇਂ ਤੁਹਾਡਾ ਹੁਕਮ। ਚੌਧਰੀ ਹਰੀ ਸਿੰਘ ਕਰਮੇ ਨੂੰ ਆਪ ਪਿੰਡ ਛੱਡ ਕੇ ਜਾਂਦਾ ਹੈ। ਕਰਮੇ ਦੇ ਪਿੰਡ ਆਉਣ ਦਾ ਪਤਾ ਜੋ ਦਰੁਗ ਨੂੰ ਲੱਗਦਾ ਹੈ ਤਾਂ ਉਹ ਆਪਣੇ ਸਾਥੀ ਨਾਲ ਕਰਮੇ ਨੂੰ ਮਿਲਣ ਕੁਠੀ ਆ ਜਾਂਦਾ ਹੈ। ਬਾਬਾ ਮੱਥਾ ਟੇਕਦਾ ਆ। ਆਓ ਬਈ ਆਓ, ਕਿਵੇਂ ਸਭ ਠੀਕ ਠਾਕ ਆ? ਹਾਂ ਬਾਬਾ ਸਭ ਠੀਕ ਠਾਕ ਆ, ਪਰ ਤੇਰੇ ਬਿਨਾਂ ਤਾਂ ਜੀ ਹੀ ਨਹੀਂ ਲੱਗਿਆ, ਬਹੁਤ ਯਾਦ ਕੀਤਾ ਤੈਨੂੰ। ਮੈਨੂੰ ਮਣੀ ਰਾਮ ਬਾਗੜੀ ਨੂੰ? ਬਾਬਾ ਤੂੰ ਤਾਂ ਪੈਸਿਆਂ ਤੇ ਲਿਆ ਕੇ ਸਾਰੀ ਗੱਲਾਂ ਖਤਮ ਕਰ ਦਿੰਦਾ ਆ। ਤੇ ਕੰਮ ਲਿਆ, ਸੱਚੀ ਗੱਲ ਤਾਂ ਸੱਚੀ ਹੀ ਹੁੰਦੀ ਆ, ਪਰ ਇਸ ਵਾਰ ਤਾਂ ਮੈਨੂੰ ਵੀ ਤੇਰੀ ਯਾਦ ਆਈ। ਬਾਬਾ ਮੇਰੀ ਯਾਦ? ਹਾਂ ਰਘੂ ਤੇਰੀ ਯਾਦ, ਤੈਨੂੰ ਮੇਰੇ ਨਾਲ ਚੱਲਣਾ ਚਾਹੀਦਾ ਸੀ, ਤੇਰੇ ਨਾਲ। ਪਰ ਕਿਉਂ? ਦੇਖਦਾ ਉੱਥੇ ਨੀਤਾ ਵਿਨੀਤਾ ਕਿਵੇਂ ਮੇਰੇ ਪੈਰੀ ਹੱਥ ਲਾ ਰਹੇ ਸਨ, ਹੋਰ ਤਾਂ ਹੋਰ ਸਾਰੇ ਆਪਣੇ ਘਰ ਲੈ ਕੇ ਜਾਣ ਲਈ ਜਿੱਦ ਵੀ ਕਰ ਰਹੇ ਸਨ। ਬਾਬਾ ਫਿਰ ਤਾਂ ਤੇਰੀ ਪੂਰੀ ਟੌਰ ਹੋਣੀ ਆ। ਬਾਬਾ ਕੁਛ ਮਿਲਿਆ ਵੀ ਉੱਥੇ? ਇੱਕ ਫੋਕੀ ਟੌਰ ਹੀ ਬਣਾ ਕੇ ਆ ਗਿਆ।
ਕਰਮ ਬੈਗ ਵਿੱਚੋਂ ਪਲਾਟ ਦੀ ਰਜਿਸਟਰੀ ਵਾਲੇ ਕਾਗਜ਼ ਕੱਢ ਕੇ ਰਘੂ ਨੂੰ ਦਿਖਾਉਂਦਾ ਹੈ। ਬਾਬਾ ਕੀ ਮਜ਼ਾਕ ਕਰੀ ਜਾਂਦਾ ਆ, ਤੈਨੂੰ ਪਤਾ ਤਾਂ ਹੈ ਮੈਂ ਅੰਗੂਠਾ ਛਾਪ ਹਾਂ, ਮੇਰੇ ਲਈ ਤਾਂ ਕਾਲਾ ਅੱਖਰ ਮੱਝ ਬਰਾਬਰ ਆ। ਆ ਕੀ ਆ? ਰਘੂ, ਇਹ ਆ ਮੇਰੀ ਗਾਜ਼ੀਆਬਾਦ ਵਾਲੀ ਕੋਠੀ ਦੇ ਕਾਗਜ਼ ਜੋ ਮੈਨੂੰ ਚੌਧਰੀ ਹਰੀ ਸਿੰਘ ਨੇ ਤੋਹਫੇ ਦੇ ਰੂਪ ਵਿੱਚ ਦਿੱਤੀ ਆ। ਬਾਬਾ ਕਿੰਨੇ ਕੁ ਪੈਸਿਆਂ ਦੀ ਹੋਵੇਗੀ ਤੇਰੀ ਨਵੀਂ ਕੋਠੀ? ਬਸ 3-4 ਕਰੋੜ ਰੁਪਏ ਦੀ ਹੋਵੇਗੀ ਤੇਰੀ। ਓਏ ਇੰਨੇ ਪੈਸਿਆਂ ਦੀ? ਰਘੂ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਜਾਂਦਾ। ਮੂੰਹ ਤਾਂ ਬੰਦ ਕਰ ਲਾਮ ਲਿਆ, ਅੱਗੇ ਅੱਗੇ ਦੇਖ ਕੀ ਹੁੰਦਾ। ਬਾਬਾ ਹੁਣ ਤਾਂ ਫਿਰ ਚਲਾ ਹੀ ਲਈਏ ਨਵਾਂ ਡੇਰਾ। ਚਲਾਵਾਂਗੇ, ਨਵਾਂ ਡੇਰਾ ਵੀ ਚਲਾਵਾਂਗੇ, ਪਰ ਤੂੰ ਥੋੜ੍ਹਾ ਸਬਰ ਰੱਖ। ਉਸ ਬਾਰੇ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਹੈ ਕਿ ਕੁਛ ਹੋਰ ਹੀ ਸੋਚ ਰੱਖਿਆ ਆ। ਬਾਬਾ ਥੋੜ੍ਹੀ ਮਾਇਆ ਚਾਹੀਦੀ ਆ, ਦੇਖ ਕੇ ਤਾਂ ਗਿਆ ਸੀ 4 ਦਿਨ ਵਿੱਚ, ਹੋਰ ਕੀ ਲੋੜ ਪੈ ਗਈ? ਬਾਬਾ ਚੁਬਾਰੇ ਦਾ ਕਿਰਾਇਆ ਦੇਣਾ ਆ, ਕਿੰਨੇ ਦਿਨਾਂ ਦਾ ਅਜਮੇਰ ਤੰਗ ਕਰੀ ਜਾਂਦਾ ਆ। ਅੱਜ ਮੈਂ ਬਹੁਤ ਖੁਸ਼ ਹਾਂ, ਤੂੰ ਇੰਝ ਕਰ ਆਪਣਾ ਸਮਾਨ ਚੁੱਕ ਤੇ ਇੱਥੇ ਬਾਹਰਲੇ ਕਮਰੇ ਵਿੱਚ ਰਹਿਣ ਲਈ ਆ ਜਾ। ਬਾਬਾ ਕੋਈ ਨਸ਼ਾ ਤਾਂ ਨਹੀਂ ਕਰੀ ਫਿਰਦਾ ਜੋ ਅਜਿਹੀਆਂ ਗੱਲਾਂ ਕਰੀ ਜਾਂਦਾ ਆ? ਨਹੀਂ ਅਮਲੀਆ, ਮੈਂ ਵੀ ਇਕੱਲਾ ਰਹਿ ਕੇ ਥੱਕ ਗਿਆ ਆ। ਚੱਲ ਫਿਰ ਤੂੰ ਕਹਿ ਹੀ ਰਿਹਾ ਤਾਂ ਅਸੀਂ ਕੱਲ੍ਹ ਅਜਮੇਰ ਦਾ ਹਿਸਾਬ ਕਿਤਾਬ ਕਰਕੇ ਆ ਜਾਂਦੇ ਹਾਂ। ਰਘੂ ਅਗਲੇ ਹੀ ਦਿਨ ਆਪਣੇ ਸਾਥੀਆਂ ਦੇ ਨਾਲ ਕਰਮੀ ਦੀ ਕੋਠੀ ਦੇ ਬਾਹਰਲੇ ਕਮਰੇ ਵਿੱਚ ਸਮਾਨ ਚੁੱਕਿਆ ਜਾਂਦਾ ਹੈ। ਉੱਥੇ ਉਸਦੇ ਸਾਥੀ ਆਪਸ ਵਿੱਚ ਗੱਲਾਂ ਕਰਦੇ ਹਨ। ਬਈ ਰਘੂ ਪਾਪੀ ਨੇ ਆਪਾਂ ਨੂੰ ਪਤਾ ਨਹੀਂ ਕਿਉਂ ਇੱਥੇ ਰਹਿਣ ਲਈ ਸੱਦ ਲਿਆ, ਮੈਨੂੰ ਤਾਂ ਕੁਝ ਵੀ ਸਮਝ ਨਹੀਂ ਆਇਆ। ਆਇਆ ਤਾਂ ਭੁੱਲਿਆ ਮੈਨੂੰ ਵੀ ਨਹੀਂ, ਪਰ ਚੱਲ ਆਪਾਂ ਇਸੇ ਬਹਾਨੇ 4 ਛਿੱਲੜ ਜੋੜ ਲਵਾਂਗੇ। ਆਹ ਤਾਂ ਤੇਰੀ ਗੱਲ ਠੀਕ ਆ, ਨਾਲੇ ਰੋਟੀ ਵੀ ਇੱਥੇ ਹੀ ਖਾ ਲਿਆ ਕਰਨੀ ਆ। ਉਹ ਵੀ ਪਕਾਉਣ ਦਾ ਫਿਕਰ ਮੁੱਕ ਗਿਆ। ਦੂਜੇ ਪਾਸੇ ਹੁਣ ਕਰਮਾ ਬਾਬਾ ਬਿਲਕੁਲ ਹੀ ਬਦਲ ਗਿਆ ਸੀ। ਉਹ ਜਿੱਥੇ ਵੀ ਜਾਂਦਾ ਗੱਡੀਆਂ ਦਾ ਕਾਫਲਾ ਨਾਲ ਜਾਂਦਾ। ਕਰਮੇ ਨੇ ਹੁਣ ਸਧਾਰਨ ਕੱਪੜੇ ਵੀ ਪਾਉਣੇ ਛੱਡ ਦਿੱਤੇ ਸਨ, ਹੁਣ ਉਹ ਮਹਿੰਗੇ ਮਹਿੰਗੇ ਕੱਪੜੇ ਪਾਉਣ ਲੱਗ ਪਿਆ ਸੀ। ਹੋਰ ਤਾਂ ਹੋਰ, ਉਸਨੂੰ ਆਮ ਬੰਦਾ ਤਾਂ ਮਿਲ ਵੀ ਨਹੀਂ ਸਕਦਾ ਸੀ। ਉਸਨੇ ਪਿੰਡ ਵਿੱਚ ਕਾਫੀ ਜ਼ਮੀਨ ਖਰੀਦ ਡੇਰੇ ਵਿੱਚ ਬਦਲ ਦਿੱਤੀ ਸੀ। ਮੁਫ਼ਤ ਵਿੱਚ ਕੰਮ ਕਰਨ ਵਾਲੇ ਚੇਲਿਆਂ ਦੀ ਭਰਮਾਰ ਹੋ ਗਈ ਸੀ। ਇੱਕ ਦਿਨ ਉਸਨੇ ਸਰਪੰਚ ਨੂੰ ਸੱਦਾ ਭੇਜਿਆ। ਆ ਗਏ ਸਰਪੰਚ ਸਾਹਿਬ। ਹਾਂ ਦੱਸ ਕਰਮੇ, ਕਿਵੇਂ ਬੁਲਾਇਆ? ਕਰਮਾ ਨਹੀਂ, ਕਰਮਾ ਬਾਬਾ ਜੀ। ਉਹ ਤੂੰ ਹੋਵੇਗਾ ਲੋਕਾਂ ਲਈ, ਮੇਰੇ ਲਈ ਤਾਂ ਉਹੀ ਕਰਮਾ ਆ ਜਿਹੜਾ ਮੇਰੀ ਜ਼ਮੀਨ ਉੱਤੇ ਬੈਠਣ ਲਈ ਮਿੰਨਤਾਂ ਕਰਦਾ ਹੁੰਦਾ ਸੀ। ਦੱਸ ਕਿਵੇਂ ਬੁਲਾਵਾਂ ਭੇਜਿਆ? ਮੇਰੇ ਕੋਲ ਹੋਰ ਵੀ ਬਹੁਤ ਸਾਰੇ ਕੰਮ ਹਨ, ਮੈਂ ਤੇਰੇ ਵਰਗਾ ਬਾਬਾ ਤਾਂ ਹੈ ਨਹੀਂ। ਸਰਪੰਚ ਸਾਹਿਬ, ਉਸ ਜ਼ਮੀਨ ਦੇ ਟੁਕੜੇ ਲਈ ਹੀ ਸੱਦਿਆ ਹੈ ਮੈਂ ਤੁਹਾਨੂੰ, ਦੱਸੋ ਉਸਦਾ ਕੀ ਲੈਣਾ ਹੈ? ਕੀ ਲੈਣਾ ਹੈ? ਮੈਂ ਤਾਂ ਉਹ ਵੇਚਣਾ ਹੀ ਨਹੀਂ। ਨਾ ਸਰਪੰਚ ਸਾਹਿਬ, ਨਾ ਅਜਿਹੀਆਂ ਗੱਲਾਂ ਨਾ ਕਰੋ, ਤੁਸੀਂ ਬਸ ਉਸਦੀ ਕੀਮਤ ਬੋਲੋ, ਉਹ ਤਾਂ ਮੈਂ ਖਰੀਦਣਾ ਹੀ ਆ। ਤੇਰੀ ਜ਼ਬਰਦਸਤੀ ਹੈ, ਮੈਂ ਨਹੀਂ ਵੇਚਣਾ, ਨਾਲੇ ਜੇ ਆਹ ਗੱਲ ਆ ਤਾਂ ਅੱਜ ਤੋਂ ਬਾਅਦ ਉਸ ਵਿੱਚ ਪੈਰ ਵੀ ਨਾ ਪਾਈ। ਸਰਪੰਚ ਸਾਹਿਬ, ਉਹ ਤਾਂ ਮੇਰੀ ਕਿਸਮਤ ਵਾਲੀ ਜ਼ਮੀਨ ਆ, ਮੈਂ ਧੰਦਾ ਉੱਥੇ ਹੀ ਸ਼ੁਰੂ ਕੀਤਾ ਸੀ। ਤੁਸੀਂ ਇੰਝ ਕਰੋ, ਉਸਦੀ ਥਾਂ 'ਤੇ ਕੋਈ ਹੋਰ ਟੁਕੜਾ ਲੈ ਲਵੋ। ਨਾ ਕਰਮਿਆ, ਜੇ ਤੇਰੀ ਜਿੱਦਾਂ ਤਾਂ ਹੀ ਮੇਰੀ ਵੀ ਜਿੱਦਾਂ, ਮੈਂ ਨਾ ਵੇਚਾਂਗਾ ਅਤੇ ਨਾ ਹੀ ਬਦਲੀ ਕਰਾਂਗਾ। ਸਰਪੰਚ ਸਾਹਿਬ, ਇਹ ਜ਼ਮਾਨਾ ਬੜਾ ਮਾੜਾ ਆ, ਤੂੰ ਮੈਨੂੰ ਧਮਕੀ ਦਿੰਦਾ ਆ? ਨਾ, ਮੈਂ ਤਾਂ ਸਮਝਾਉਂਦਾ ਆ, ਬੰਦੇ ਦਾ ਕੀ ਪਤਾ ਲੱਗਦਾ ਆ? ਜੇ ਆਹ ਗੱਲ ਆ ਤਾਂ ਮੈਂ ਵੀ ਵੇਖ ਲਵਾਂਗਾ ਕਿ ਤੂੰ ਕੀ ਕਰਦਾ ਆ। ਇਸ ਵੀਰਵਾਰ ਨੂੰ ਤੂੰ ਆ ਕੇ ਉੱਥੇ ਵੇਖੀ। ਓਏ ਅਮਲਿਆ, ਸਰਪੰਚ ਸਾਹਿਬ ਦਾ ਤਾਂ ਪਾਰਾ ਚੜ ਗਿਆ ਆ ਯਾਰ, ਕੁਛ ਠੰਡਾ ਪਿਆ, ਕਿਤੇ ਦਿਮਾਗ ਦੀ ਨਾੜੀ ਹੀ ਨਾ ਫੜ ਜਾਵੇ। ਰਘੂ ਠੰਡੀ ਲੱਸੀ ਲੈ ਕੇ ਆਉਂਦਾ ਏ। ਲਓ ਸਰਪੰਚ ਸਾਹਿਬ ਪੀਓ, ਮੈਂ ਨਹੀਂ ਪੀਣੀ ਤੁਹਾਡੀ ਲੱਸੀ। ਸਰਪੰਚ ਸਾਹਿਬ, ਲੱਸੀ ਤਾਂ ਪੀ ਲਵੋ, ਜੇ ਜ਼ਮੀਨ ਦਾ ਟੁਕੜਾ ਨਹੀਂ ਵੇਚਣਾ ਤਾਂ ਨਾ ਸਹੀ। ਕਰਮਾ ਸਰਪੰਚ ਨੂੰ ਲੱਸੀ ਆ ਫੜਾਉਂਦਾ ਹੈ। ਲੱਸੀ ਪੀਂਦੇ ਸਾਰ ਹੀ ਸਰਪੰਚ ਨਸ਼ੇ ਵਿੱਚ ਹੋ ਜਾਂਦਾ ਹੈ। ਜਾਓ ਬਹਾਦਰ, ਲਿਆ ਕਾਗਜ਼,
ਕਿਤੇ ਦਸਤਖਤ ਕਰਨ ਤੋਂ ਪਹਿਲਾਂ ਹੀ ਨਾ ਸਰਪੰਚ ਤੁਰ ਜਾਵੇ। ਹੁਣ ਨਸ਼ੇ ਦੀ ਹਾਲਤ ਵਿੱਚ ਵੀ ਸਰਪੰਚ ਤੋਂ ਦਸਤਖਤ ਕਰਵਾ ਲੈਂਦੇ ਹਨ। ਕੁਛ ਹੀ ਮਿੰਟਾਂ ਵਿੱਚ ਸਰਪੰਚ ਦੇ ਮੂੰਹ ਵਿੱਚੋਂ ਲਹੂ ਨਿਕਲਦਾ ਹੈ ਤੇ ਉਹ ਤੜਫਣ ਲੱਗ ਜਾਂਦਾ ਹੈ। ਵੇਖਦੇ ਵੇਖਦੇ ਹੀ ਸਰਪੰਚ ਸ਼ਾਂਤ ਹੋ ਜਾਂਦਾ। ਰਘੂ ਤੇ ਬਾਕੀ ਜ਼ਿਲ੍ਹੇ ਰੌਲਾ ਪਾਉਣ ਲੱਗ ਜਾਂਦੇ ਹਨ। ਸਰਪੰਚ ਸਾਹਿਬ ਨੂੰ ਕੀ ਹੋ ਗਿਆ? ਸਰਪੰਚ ਸਾਹਿਬ ਨੂੰ ਕੀ ਹੋ ਗਿਆ? ਉਹ ਗੱਡੀ ਘੱਟ ਛੇਤੀ ਨਾਲ ਡਾਕਟਰ ਕੋਲ ਲੈ ਕੇ ਚੱਲਦੇ ਹਾਂ। ਭੋਲਾ ਸਰਪੰਚ ਘਰੇ ਸੁਨੇਹਾ ਦੇਣ ਚਲਾ ਜਾਂਦਾ ਹੈ। ਉਹ ਵੀ ਹਸਪਤਾਲ ਪਹੁੰਚ ਜਾਂਦੇ ਹਨ। ਹਸਪਤਾਲ ਵਿੱਚ ਡਾਕਟਰ ਚੈੱਕਅਪ ਕਰਦਾ ਹੈ। ਮਾਫ ਕਰਨਾ ਜੀ, ਸਰਪੰਚ ਸਾਹਿਬ ਨਹੀਂ ਰਹੇ। ਡਾਕਟਰ ਸਾਹਿਬ ਘਰੋਂ ਤਾਂ ਚੰਗੇ ਭਲੇ ਆਏ ਸਨ, ਮਿੰਟਾਂ ਵਿੱਚ ਕੀ ਹੋ ਗਿਆ ਪਾਪਾ ਜੀ ਨੂੰ? ਇਹਨਾਂ ਦੇ ਦਿਮਾਗ ਦੀ ਨਸ ਫਟ ਗਈ ਆ। ਹੈਂ, ਇਹ ਕਿਵੇਂ ਹੋਇਆ? ਬਲੱਡ ਪ੍ਰੈਸ਼ਰ ਵੱਧ ਜਾਣ ਕਰਕੇ। ਪਰ ਪਾਪਾ ਜੀ ਨੂੰ ਤਾਂ ਕੋਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਹੀ ਨਹੀਂ ਸੀ। ਇਹ ਸਾਰਾ ਕੁਛ ਤਾਂ ਪੁੱਤਰ ਰੱਬ ਦੇ ਹੱਥ ਵਿੱਚ। ਤੂੰ ਹੌਂਸਲਾ ਰੱਖ, ਰੱਬ ਦਾ ਭਾਣਾ ਤਾਂ ਮੰਨਣਾ ਹੀ ਪੈਣਾ। ਕਰਮਾਂ ਵਿੱਚ ਕਰੋ ਹੀ ਬੋਲ ਪੈਂਦਾ ਹੈ। ਬਾਬਾ ਜੀ, ਸਵੇਰੇ ਤੁਹਾਡੇ ਕੋਲ ਤਾਂ ਚੰਗਾ ਭਲਾ ਆਇਆ ਸੀ ਪਾਪਾ। ਬਿਲਕੁਲ ਪੁੱਤਰ, ਸਾਡੇ ਵੀ ਵੇਖਦੇ ਵੇਖਦੇ ਹੱਥਾਂ ਵਿੱਚੋਂ ਨਿਕਲ ਗਿਆ ਸਰਪੰਚ। ਹੁਣ ਤੂੰ ਹੀ ਘਰ ਵਿੱਚ ਵੱਡਾ ਆ ਤੇ ਤੂੰ ਹੀ ਸਾਰਿਆਂ ਨੂੰ ਸੰਭਾਲਣਾ ਆ। ਹੌਂਸਲਾ ਰੱਖ, ਹੌਂਸਲਾ। ਕਰਮਾ ਆਪਣੇ ਚੀਲਿਆਂ ਨਾਲ ਚਲਾ ਜਾਂਦਾ ਹੈ। ਕੋਠੀ ਪਹੁੰਚ ਕੇ ਰਘੂ ਕਰਮੇ ਨਾਲ ਗੱਲ ਕਰਦਾ ਹੈ। ਬਾਬਾ, ਇਹ ਗੱਲ ਸਮਝ ਨਹੀਂ ਆਈ, ਤੂੰ ਬਹੁਤ ਬੇਸਮਝਾ। ਦੱਸ, ਕਿਹੜੀ ਗੱਲ ਸਮਝ ਨਹੀਂ ਆਈ? ਸਰਪੰਚ ਇਕਦਮ ਹੀ ਬਿਮਾਰ ਕਿਵੇਂ ਹੋ ਗਿਆ? ਤੇਰੀ ਲੱਸੀ ਕਰਕੇ। ਮੇਰੀ ਲੱਸੀ ਕਰਕੇ? ਤੇਰੀ ਲੱਸੀ ਵਿੱਚ ਹੀ ਸਾਰਾ ਜਾਦੂ ਸੀ। ਮੈਂ ਪਹਿਲਾਂ ਹੀ ਰਸੋਈਏ ਨੂੰ ਇੱਕ ਦਵਾਈ ਦੇ ਆਇਆ ਸੀ, ਜਿਸ ਨੂੰ ਉਸਨੇ ਲੱਸੀ ਵਿੱਚ ਘੋਲ ਕੇ ਤੈਨੂੰ ਲੱਸੀ ਦੇ ਦਿੱਤੀ ਸੀ। ਤੇ ਲੱਸੀ ਪੀਂਦੇ ਸਾਰ ਹੀ ਸਰਪੰਚ ਦਾ ਬਲੱਡ ਪ੍ਰੈਸ਼ਰ ਇੰਨਾ ਵੱਧ ਗਿਆ ਕਿ ਉਸਦੇ ਦਿਮਾਗ ਦੀ ਨਾੜੀ ਫਟ ਗਈ ਤੇ ਉਸਦੀ ਮੌਤ ਹੋ ਗਈ। ਬਾਬਾ, ਇਹ ਪਾਪ ਤਾਂ ਤੂੰ ਮੇਰੇ ਹੱਥੋਂ ਕਰਵਾ ਦਿੱਤਾ ਜੀ। ਜੇਕਰ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਕਦੇ ਵੀ ਇੰਝ ਨਹੀਂ ਕਰਨਾ ਸੀ। ਛੱਡ ਅਮਲੀਆ, ਤੂੰ ਤਾਂ ਐਵੇਂ ਹੀ ਭਾਵਕ ਹੋਈ ਜਾਂਦਾ ਆ। ਰਾਜ ਪ੍ਰਾਪਤ ਕਰਨ ਲਈ ਕਈ ਢੰਗ ਵਰਤਣੇ ਪੈਂਦੇ ਆ। ਬਹੁਤ ਸਮਝਾਇਆ ਸੀ ਜ਼ਮੀਨ ਦਾ ਟੁਕੜਾ ਦੇ ਦੇ ਮੈਨੂੰ, ਪਰ ਮੰਨਦਾ ਹੀ ਨਹੀਂ ਸੀ। ਬਾਬਾ, ਚਾਹੇ ਕੁਝ ਵੀ ਆ, ਪਰ ਤੂੰ ਛੱਡ ਪਰ ਨੂੰ, ਘਰ ਚੱਲ ਕੇ ਵਲੈਤੀ ਦਾਰੂ ਪੀ ਤੇ ਨਜ਼ਾਰੇ ਲੁੱਟ। ਚੰਗਾ ਜੀ, ਇਹ ਗੱਲ ਤਾਂ ਠੀਕ ਆ, ਪਰ ਰਘੂ ਦੇ ਮਨ ਵਿੱਚ ਕਿਤੇ ਨਾ ਕਿਤੇ ਇਸ ਗੱਲ ਦਾ ਦੁੱਖ ਜ਼ਰੂਰ ਸੀ। ਕੁਛ ਦਿਨਾਂ ਬਾਅਦ ਹੀ ਸਭ ਕੁਝ ਆਮ ਵਾਂਗ ਹੀ ਹੋ ਗਿਆ। ਰਘੂ ਵੀ ਭੁੱਲ ਗਿਆ ਸਾਰਾ ਕੁਛ। ਹੁਣ ਕਰਮੇ ਨੇ ਥੋੜ੍ਹੀ ਥੋੜ੍ਹੀ ਕਰਕੇ ਤਿੰਨ ਚਾਰ ਥਾਵਾਂ ਉੱਤੇ ਜ਼ਮੀਨ ਵੀ ਖਰੀਦ ਲਈ ਸੀ। ਹਫ਼ਤੇਵਾਰ ਉੱਥੇ ਵੀ ਸੰਗਤਾਂ ਨੂੰ ਮਿਲਣ ਲੱਗ ਗਿਆ ਸੀ। ਦੇਸ਼ ਤਾਂ ਦੇਸ਼, ਹੁਣ ਤਾਂ ਵਿਦੇਸ਼ਾਂ ਤੋਂ ਵੀ ਚੇਲੇ ਬਣ ਗਏ ਸਨ ਕਰਮੇ ਬਾਬੇ ਦੇ। ਮਹੀਨਾ ਹੋ ਗਿਆ ਸੀ ਤੇ ਕਰਮੇ ਨੇ ਸਰਪੰਚ ਕਰੇ ਪੈਸੇ ਨਹੀਂ ਭੇਜੇ ਸਨ। ਆਖਿਰ ਇੱਕ ਦਿਨ ਸਰਪੰਚ ਦਾ ਮੁੰਡਾ ਆਪ ਹੀ ਪੈਸੇ ਲੈਣ ਆ ਗਿਆ। ਬਾਬਾ ਜੀ, ਮੱਥਾ ਟੇਕਦਾ ਆ। ਆਓ ਛੋਟੇ ਸਰਪੰਚ ਸਾਹਿਬ, ਆਓ। ਕਿਵੇਂ ਆਉਣਾ ਹੋਇਆ? ਬਾਬਾ ਜੀ, ਇਸ ਵਾਰ ਤੁਸੀਂ ਠੇਕਾ ਨਹੀਂ ਭੇਜਿਆ, ਉਹੀ ਲੈਣ ਆਇਆ ਸੀ। ਠੇਕਾ? ਕਿਸ ਦਾ? ਨਾਲੇ ਕਾਹਦੇ ਪੈਸੇ? ਸਾਡੀ ਜ਼ਮੀਨ ਦਾ ਠੇਕਾ, ਹੋਰ ਕਿਸ ਦਾ? ਅੱਛਾ ਅੱਛਾ, ਛੋਟੇ ਸਰਪੰਚ ਆ, ਤੈਨੂੰ ਵੱਡੇ ਸਰਪੰਚ ਨੇ ਦੱਸਿਆ ਨਹੀਂ ਲੱਗਦਾ? ਕਿਸ ਬਾਰੇ ਨਹੀਂ ਦੱਸਿਆ ਤੇ ਕੀ ਨਹੀਂ ਦੱਸਿਆ? ਮੈਨੂੰ ਕੁਝ ਸਮਝ ਨਹੀਂ ਆਇਆ। ਆਹੀ ਕਿ ਸਰਪੰਚ ਜ਼ਮੀਨ ਦਾ ਟੁਕੜਾ ਤਾਂ ਸਾਨੂੰ ਵੇਚ ਗਿਆ ਸੀ। ਪਾਪਾ, ਜ਼ਮੀਨ ਦਾ ਟੁਕੜਾ ਵੇਚ ਗਿਆ ਸੀ? ਇੰਝ ਕਿਵੇਂ ਹੋ ਸਕਦਾ ਹੈ ਕਿ ਜ਼ਮੀਨ ਵੇਚ ਦਿੱਤੀ ਹੋਵੇ ਤੇ ਸਾਨੂੰ ਪੁੱਛਿਆ ਹੀ ਨਾ ਹੋਵੇ? ਬਾਬਾ, ਮੈਂ ਨਹੀਂ ਮੰਨਦਾ ਤੇਰੀ ਗੱਲ ਨੂੰ, ਤੂੰ ਝੂਠ ਬੋਲ ਰਿਹਾ ਆ। ਚਲੋ, ਮੈਂ ਤਾਂ ਝੂਠ ਬੋਲ ਰਿਹਾ, ਪਰ ਆ ਸਰਕਾਰੀ ਕਾਗਜ਼ ਤਾਂ ਸੱਚੇ ਹਨ, ਇਹਨਾਂ ਨੂੰ ਵੇਖ ਤਾਂ ਯਕੀਨ ਆ ਜਾਵੇਗਾ। ਕਰਮਾ ਅਲਮਾਰੀ ਵਿੱਚ ਉਹ ਕਾਗਜ਼ ਕਰਕੇ ਸਰਪੰਚ ਦੇ ਮੁੰਡੇ ਨੂੰ ਦਿਖਾਉਂਦਾ ਹੈ। ਉਹ ਇਕਦਮ ਹੈਰਾਨ ਰਹਿ ਜਾਂਦਾ ਹੈ। ਮੈਂ ਨਹੀਂ ਮੰਨਦਾ ਇਹਨਾਂ ਕਾਗਜ਼ਾਂ ਨੂੰ। ਕਾਕਾ, ਐਵੇਂ ਕਮਲੀਆਂ ਨਹੀਂ ਮਾਰਦੀ, ਇਹ ਪੱਕੇ ਕਾਗਜ਼ਾਤ ਹਨ ਤੇ ਉੱਤੇ ਸਰਪੰਚ ਸਾਹਿਬ ਦੇ ਦਸਤਖਤ ਵੀ ਹਨ। ਇਹ ਧੋਖੇ ਨਾਲ ਕਰਵਾਏ ਹਨ?
ਚੱਲ ਜੀਨ ਜਾ ਤਾਂ ਇੰਝ ਹੀ ਸਹੀ। ਹਾਂ ਧੋਖੇ ਨਾਲ ਕਰਵਾਏ ਹਨ, ਕੀ ਕਰ ਲਵੇਂਗਾ, ਮੈਂ ਕਚਹਿਰੀ ਜਾਵਾਂਗਾ। ਆ ਤੇਰੀ ਕਚਹਿਰੀ ਵਾਲੀ ਗੱਲ ਮੈਨੂੰ ਵੀ ਪਸੰਦ ਆ ਗਈ। ਉਹ ਦੇਖ ਕਚਹਿਰੀਆਂ ਨੂੰ ਜਾਂਦਾ ਹੈ ਰਸਤਾ, ਚੱਲਿਆ ਜਾ ਕਿਤੇ ਦੇਰ ਹੀ ਨਾ ਹੋ ਜਾਵੇ। ਕੋਈ ਬਾਹਰੋਂ ਕੱਢੋ ਇਸ ਪਾਗਲ ਨੂੰ। ਸਰਪੰਚ ਦਾ ਮੁੰਡਾ ਕੋਠੀ ਵਿੱਚੋਂ ਨਿਕਲ ਸਿੱਧਾ ਪੁਲਿਸ ਸਟੇਸ਼ਨ ਜਾਂਦਾ ਹੈ। ਕਿਵੇਂ ਸਰਪੰਚ ਆ, ਸੌਖਾ? ਸਰਪੰਚ ਦੇ ਮੁੰਡੇ ਨੂੰ ਮੁਨਸੀ ਪੁੱਛਦਾ ਹੈ। ਸੌਖੀ ਤਾਂ ਨਹੀਂ ਆ ਮੁਨਸੀ ਸਾਹਿਬ, ਵੱਡੇ ਸਾਹਿਬ ਨੂੰ ਮਿਲਣਾ ਹੈ। ਕੀ ਗੱਲ ਹੋ ਗਈ? ਵੱਡੇ ਸਾਹਿਬ ਤਾਂ ਅਜੇ ਆਏ ਨਹੀਂ। ਇੱਕ ਧੋਖਾਧੜੀ ਦੀ ਰਿਪੋਰਟ ਲਿਖਾਉਣੀ ਆ। ਕਿਸ ਨੇ ਕੀਤਾ ਹੈ ਧੋਖਾ ਤੇ ਕਿਸਦੇ ਨਾਲ ਹੋਇਆ ਆ? ਮੇਰੇ ਨਾਲ ਹੋਇਆ ਧੋਖਾ ਤੇ ਕੀਤਾ ਹੈ ਉਸ ਕਰਮੇ ਨੇ। ਕਿਹੜੇ ਕਰਮੇ ਨੇ? ਆਹੀ ਕਰਮਾ ਜਿਹੜਾ ਬਾਬਾ ਬਣਿਆ ਫਿਰਦਾ ਆ, ਉਸ ਕਰਮੇ ਨੇ। ਅੱਛਾ, ਤੇਰਾ ਮਤਲਬ ਆਪਣੇ ਪਿੰਡ ਵਾਲੇ ਬਾਬੇ। ਧੰਨਵਾਦ ਜੀ। ਅਗਲਾ ਭਾਗ ਕੱਲ੍ਹ ਸ਼ਾਮ 5 ਵਜੇ ਆਵੇਗਾ ਜੀ। ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਇਹੋ ਜਿਹੀਆਂ ਪਰਿਵਾਰਕ ਅਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।